ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਜੀਤ ਸਿੰਘ ਵਲੋਗਸ। ਕੀ ਹਾਲ ਚਾਲ ਨੇ ਸਾਰਿਆਂ ਦੇ? ਹੋਪ ਹੈ ਤੁਸੀਂ ਸਾਰੇ ਠੀਕ ਹੋਵੋਗੇ। ਮੈਨੂੰ ਕਾਫੀ ਦਿਨਾਂ ਤੋਂ ਕਾਫੀ ਜਣਿਆਂ ਦੇ ਕਮੈਂਟ ਆ ਰਹੇ ਸੀ ਕਿ ਤੁਸੀਂ ਟਰੈਵਲ ਹਿਸਟਰੀ ਬਾਰੇ ਆਪਣੀ ਵੀਡੀਓ ਬਣਾਓ ਕਿ ਸਾਨੂੰ ਤੇ ਕਿਵੇਂ ਵਧੀਆ ਟਰੈਵਲ ਹਿਸਟਰੀ ਬਣਾਈ ਜਾ। ਤੇ ਅੱਜ ਆਪਾਂ ਇਸ ਬਾਰੇ ਗੱਲ ਕਰਨੀ ਹੈ ਕਿ ਹਾਊ ਟੂ ਮੇਕ ਗੁੱਡ ਟਰੈਵਲ ਹਿਸਟਰੀ, ਕਿਵੇਂ ਤੁਸੀਂ ਆਪਣੀ ਵਧੀਆ ਟਰੈਵਲ ਹਿਸਟਰੀ ਬਣਾ ਸਕਦੇ ਹੋ। ਕੁਝ ਜ਼ਰੂਰੀ ਗੱਲਾਂ ਦੱਸਾਂਗੇ ਕਿ ਤੁਸੀਂ ਕਿਵੇਂ ਆਪਣੀ ਵਧੀਆ ਟਰੈਵਲ ਹਿਸਟਰੀ ਬਣਾ ਸਕਦੇ ਹੋ, ਜਿਹਦੇ ਨਾਲ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਸ ਬਹੁਤ ਜ਼ਿਆਦਾ ਵੱਧ ਜਾਣਗੇ। ਅਤੇ ਵੀਡੀਓ ਨੂੰ ਲਾਸਟ ਤੱਕ ਦੇਖ ਅਤੇ ਕਾਫੀ ਜ਼ਰੂਰੀ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ ਅਤੇ ਕਾਫੀ ਕੁਝ ਤੁਹਾਨੂੰ ਸਿੱਖਣ ਨੂੰ ਮਿਲੂਗਾ। ਅਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਇੱਕ ਇਹ ਚੀਜ਼ ਦੱਸ ਦੇਣਾ ਚਾਹੁੰਦਾ ਕਿ ਮੈਂ ਕੋਈ ਏਜੰਟ ਨਹੀਂ ਹੈਗਾ, ਨਾ ਮੇਰਾ ਕੋਈ ਪ੍ਰੋਫੈਸ਼ਨ ਆ ਕਿ ਮੈਂ ਕਿਸੇ ਕੋਈ ਫੀਸ ਲੈ ਕੇ ਉਹਦੀ ਫਾਈਲ ਤਿਆਰ ਕਰਦਾ, ਉਹਨੂੰ ਲਾਰਾ ਲਾ ਦਾਂ ਵੀ ਤੇਰਾ ਵੀਜ਼ਾ ਆ ਜਾਊਗਾ, 100% ਸ਼ੋਰ ਆ, ਚਾਹੇ ਉਹਦੀ ਇਲੀਜੀਬਿਲਟੀ ਬਣਦੀ ਹੈ ਚਾਹੇ ਨਹੀਂ ਬਣਦੀ। ਮੇਰਾ ਇਹ ਕੋਈ ਪ੍ਰੋਫੈਸ਼ਨ ਨਹੀਂ ਹੈਗਾ ਅਤੇ ਨਾ ਮੈਂ ਕੋਈ ਏਜੰਟ ਆ, ਮੈਂ ਜਸਟ ਤੁਹਾਨੂੰ ਗਾਈਡ ਕਰਦਾ। ਇਹ ਚੈਨਲ ਬਣਾਇਆ ਸੀ ਮੈਂ ਜਸਟ ਆਪਣੀਆਂ ਟਰੈਵਲ ਵੀਡੀਓ ਸ਼ੇਅਰ ਕਰਨ ਵਾਸਤੇ, ਬਟ ਮੈਨੂੰ ਲੱਗਿਆ ਵੀ ਅਵੇਅਰਨੈਸ ਲੋਕਾਂ ਦੇ ਵਿੱਚ ਬਹੁਤ ਘੱਟ ਹੈ ਇਸ ਪ੍ਰਤੀ, ਅਤੇ ਉਹਦਾ ਨਜਾਇਜ਼ ਫਾਇਦਾ ਜਿਹੜੇ ਏਜੰਟ ਨੇ ਉਹ ਉਠਾਉਂਦੇ ਨੇ, ਅਤੇ ਉਹਦੇ ਵਾਸਤੇ ਮੈਂ ਸੋਚਿਆ ਜਿੰਨੀ ਕੁ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ, ਤਾਂ ਜੋ ਤੁਸੀਂ ਬਚ ਸਕੋ ਇਹਨਾਂ ਏਜੰਟਸ ਤੋਂ। ਚਲੋ ਮੈਂ ਸਮਝਦਾ ਜੇ ਮੇਰੇ ਦੱਸਣ ਦੇ ਨਾਲ ਕਿਸੇ ਇੱਕ ਦੋ ਬੰਦੇ ਦਾ ਵੀ ਫਾਇਦਾ ਹੋ ਤਾਂ ਬਹੁਤ ਵੱਡੀ ਗੱਲ ਹੈ। ਸਭ ਤੋਂ ਪਹਿਲਾਂ ਆਪਾਂ ਗੱਲ ਕਰਨੀ ਹੈ ਟਰੈਵਲ ਹਿਸਟਰੀ ਫੋਰ ਸ਼ੈਨੇਗਨ ਜਾਂ ਯੂਰਪ। ਸ਼ੈਨੇਗਨ ਲਈ ਤੁਹਾਨੂੰ ਕਿਹੜੀਆਂ ਕਿਹੜੀਆਂ ਕੰਟਰੀਆਂ ਤੁਸੀਂ ਟਰੈਵਲ ਕੀਤੇ ਹੋ ਤਾਂ ਵਧੀਆ ਟਰੈਵਲ ਹਿਸਟਰੀ ਗਿਣੀ ਜਾਂਦੀ ਹੈ, ਤੁਹਾਡੇ ਵੀਜ਼ਾ ਲੱਗਣ ਦੇ ਚਾਂਸਿਸ ਕਾਫੀ ਜ਼ਿਆਦਾ ਹੁੰਦੇ ਨੇ, ਆਪਾਂ ਇਸ ਬਾਰੇ ਤੁਹਾਡੇ ਨਾਲ ਡਿਸਕਸ ਕਰਨੀ ਹੈ। ਕਾਫੀ ਏਜੰਟਸ ਇਸ ਗੱਲ ਦਾ ਫਾਇਦਾ ਉਠਾਉਂਦੇ ਨੇ ਜੀ ਆਹ ਤੁਸੀਂ ਵੀਜ਼ੇ ਦੇਖੋ, ਸਾਡਾ ਤਾਂ ਟਰੈਵਲ ਹਿਸਟਰੀ ਤੋਂ ਬਿਨਾਂ ਅਸੀਂ ਇੰਨੇ ਵੀਜ਼ੇ ਲੈ ਕੇ ਦਿੱਤੇ ਨੇ, ਬਟ ਉਹ ਇਹ ਨਹੀਂ ਦੱਸਦੇ ਕਿ ਉਹ ਬੰਦੇ ਦੀ ਪ੍ਰੋਫਾਈਲ ਕਿੱਦਾਂ ਸੀ, ਜਾਂ ਜੇ 100 ਦੇ ਵਿੱਚੋਂ ਕਿਸੇ ਇੱਕ ਬੰਦੇ ਦਾ ਵੀਜ਼ਾ ਆ ਵੀ ਗਿਆ ਤਾਂ ਉਹਨੂੰ ਆਪਾਂ ਪਰਸੈਂਟੇਜ ਨਹੀਂ ਗਿਣਦੇ ਵੀ ਆਹ ਇੰਨੇ ਬੰਦਿਆਂ ਦੇ ਟਰੈਵਲ ਹਿਸਟਰੀ ਤੋਂ ਬਿਨਾਂ ਵੀਜ਼ੇ ਆਏ ਨੇ ਜਾਂ ਆਉਂਦੇ ਨੇ। ਟਰੈਵਲ ਹਿਸਟਰੀ ਮਸਟ ਹੈ, ਜ਼ਰੂਰੀ ਹੈ ਅਤੇ ਮੈਟਰ ਕਰਦੀ ਹੈ। ਹੁਣ ਅੱਜ ਕੱਲ੍ਹ ਸਾਰੇ ਐਵਰੇਜ ਫੈਮਿਲੀ ਨੂੰ ਬਿਲੋਂਗ ਕਰਦੇ ਆ ਅਤੇ ਸਾਰੇ ਕੋਈ, ਇਹ ਤਾਂ ਹੈ ਨਹੀਂ ਵੀ ਕੋਈ ਹਰੇਕ ਬੰਦਾ 20 ਲੱਖ ਦੀ 30 ਲੱਖ ਦੀ ITR ਫਿਲ ਕਰਦਾ ਅਤੇ ਉਹਦੇ ਬੈਂਕ ਦੇ ਵਿੱਚ 50-60 ਲੱਖ ਰੁਪਇਆ ਹੋਇਆ। ਆਪਾਂ ਤਕਰੀਬਨ ਸਾਰੇ, ਤੁਸੀਂ ਐਜ਼ ਅ ਟੂਰਿਸਟ ਹੋਟਲ ਬੁਕਿੰਗ 'ਤੇ ਕਿਸੇ ਕੰਟਰੀ ਲਈ ਅਪਲਾਈ ਕਰਦੇ ਹੋ ਤਾਂ ਟਰੈਵਲ ਹਿਸਟਰੀ ਚਾਹੀਦੀ ਹੁੰਦੀ ਹੈ, ਉਹ ਦੇਖਦੇ ਆ ਵੀ ਤੁਸੀਂ ਕਿਹੜੀਆਂ ਕਿਹੜੀਆਂ ਕੰਟਰੀਆਂ ਪਹਿਲਾਂ ਹਿਸਟਰੀ ਦੇ ਵਿੱਚ, ਕਿਹੜੀਆਂ ਕਿਹੜੀਆਂ ਕੰਟਰੀਆਂ ਪਹਿਲਾਂ ਟਰੈਵਲ ਕਰ ਚੁੱਕੇ ਹੋ ਅਤੇ ਕਿਹੜੀਆਂ ਕਿਹੜੀਆਂ ਕੰਟਰੀਆਂ ਟਰੈਵਲ ਨੂੰ ਕਰਨਾ ਚਾਹੀਦਾ। ਅੱਜ ਕੱਲ੍ਹ ਇੱਕ ਟਰੈਂਡ ਚੱਲ ਗਿਆ, ਸਿੰਗਾਪੁਰ ਮਲੇਸ਼ੀਆ ਟਰੈਵਲ ਕੀਤਾ, ਏਜੰਟ ਨੇ ਕਹਿਤਾ ਜੀ ਸਿੰਗਾਪੁਰ ਮਲੇਸ਼ੀਆ ਟਰੈਵਲ ਕਰ ਲਓ ਤੁਹਾਡੀ ਕੈਨੇਡਾ ਦੀ ਫਾਈਲ ਲਾ ਦਿੰਦੇ ਆ। ਮੋਸਟਲੀ ਇਹੀ ਸੇਮ, ਸਾਰਿਆਂ ਦਾ ਸੇਮ ਪੈਟਰਨਰ ਬਣਿਆ ਹੋਇਆ, ਸਿੰਗਾਪੁਰ ਮਲੇਸ਼ੀਆ ਦੈਨ ਕੈਨੇਡਾ ਦੀ ਫਾਈਲ, ਅਤੇ ਉਹਨਾਂ ਨੂੰ ਹੁੰਦਾ ਕੀ ਹੈ ਜਦੋਂ ਕੈਨੇਡਾ ਦੀ ਫਾਈਲ ਅਪਲਾਈ ਕਰਦੇ ਆ ਤਾਂ ਉਹਨਾਂ ਦੀ ਰਿਫਿਊਜ਼ਲ ਆ ਜਾਂਦੀ ਅਤੇ ਬਹੁਤ ਜ਼ਿਆਦਾ ਡਿਸਅਪੁਆਇੰਟਡ ਹੁੰਦੇ ਨੇ ਕਿ ਉਸ ਟਾਈਮ ਕਿ ਯਾਰ ਵੀ ਮੈਂ ਇੰਨੀ ਮਿਹਨਤ ਵੀ ਕੀਤੀ, ਟਰੈਵਲ ਹਿਸਟਰੀ ਬਣਾਈ, ਫਿਰ ਮੇਰਾ ਵੀਜ਼ਾ ਨਹੀਂ ਆਇਆ। ਜੇ ਤੁਸੀਂ ਟਰੈਵਲ ਹਿਸਟਰੀ ਬਣਾਉਣੀ ਆ ਤਾਂ ਕਦੇ ਵੀ ਇਹ ਸੋਚ ਕੇ ਨਾ ਬਣਾਓ ਕਿ ਮੈਂ ਉਹ ਕੰਟਰੀ ਦਾ ਵੀਜ਼ਾ ਅਪਲਾਈ ਕਰਨਾ, ਤੁਸੀਂ ਉਹ ਤੁਹਾਡੀ ਇਨਵੈਸਟਮੈਂਟ ਆ, ਤੁਸੀਂ ਘੁੰਮਣਾ, ਤੁਹਾਨੂੰ ਤੁਹਾਡੀ ਨੌਲੇਜ ਗੇਨ ਹੋਣੀ ਹੈ, ਤੁਹਾਡੇ ਆਪਣੇ ਵਾਸਤੇ ਆ। ਅਤੇ ਸਭ ਤੋਂ ਪਹਿਲਾਂ ਜਿਹੜੇ ਫਸਟ ਟਾਈਮ ਟਰੈਵਲ ਕਰਨਾ ਚਾਹੁੰਦੇ ਨੇ, ਜਿਨ੍ਹਾਂ ਨੇ ਸਟਾਰਟ ਕਰਨਾ ਟਰੈਵਲ ਕਰਨਾ, ਉਹ ਸਟਾਰਟ ਕਰਨਾ ਦੁਬਈ ਤੋਂ। ਮੈਂ ਖੁਦ ਦੁਬਈ ਤੋਂ ਹੀ ਸਟਾਰਟ ਕੀਤਾ ਸੀ ਅਤੇ 2017 ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਕੰਟਰੀ ਸੀ ਮੈਂ ਦੁਬਈ 'ਚ ਹੀ ਟਰੈਵਲ ਕੀਤਾ ਸੀਗਾ, ਅਤੇ ਮੇਰਾ ਖੁਦ ਦਾ ਐਕਸਪੀਰੀਅੰਸ, ਦੁਬਈ ਟਰੈਵਲ ਕਰੋਗੇ ਤੁਹਾਨੂੰ ਕੋਈ ਲੈਂਗੁਏਜ ਦੀ ਪ੍ਰੋਬਲਮ ਨਹੀਂ ਆਉਂਦੀ ਅਤੇ ਇੱਕ ਬਹੁਤ ਵਧੀਆ ਤੁਹਾਡਾ ਫਸਟ ਟਾਈਮ ਐਕਸਪੀਰੀਅੰਸ ਆ, ਬਹੁਤ ਵਧੀਆ ਹੋਊਗਾ। ਦੁਬਈ ਤੋਂ ਬਾਅਦ ਜੇ ਤੁਸੀਂ ਜਾਣਾ ਹੈ ਤਾਂ ਤੁਸੀਂ ਥਾਈਲੈਂਡ ਜਾ ਸਕਦੇ ਹੋ। ਹੁਣ ਜਿਵੇਂ ਅਪ੍ਰੈਲ ਤੱਕ ਥਾਈਲੈਂਡ ਦਾ ਵੀਜ਼ਾ ਫ੍ਰੀ ਹੈ, ਕੋਈ ਚਾਰਜਸ ਨਹੀਂ ਹੈਗੇ, ਜਿਹਨੇ ਅਪ੍ਰੈਲ ਤੱਕ ਜਾਣਾ ਜਾ ਸਕਦਾ। ਜਿਵੇਂ ਅੱਗੇ 2062 ਲੱਗਦੇ ਸੀ ਆਪਣੇ ਇੰਡੀਅਨ, 4000 ਰੁਪਏ ਵੀਜ਼ਾ ਔਨ ਅਰਾਈਵਲ 'ਤੇ ਲੱਗ ਜਾਂਦੇ ਸੀ, ਅਤੇ ਅਪ੍ਰੈਲ ਤੱਕ ਥਾਈਲੈਂਡ ਦਾ ਵੀਜ਼ਾ ਫ੍ਰੀ ਹੈ, ਜੇ ਕੋਈ ਬੰਦਾ ਪਲੈਨ ਕਰ ਰਿਹਾ ਤਾਂ ਉਹ ਅਪ੍ਰੈਲ ਤੱਕ ਕਰ ਸਕਦਾ। ਬਟ ਤੁਸੀਂ ਇਕੱਲੀ ਥਾਈਲੈਂਡ ਦੀ ਟਿਕਟ ਤਾਂ ਤੁਹਾਨੂੰ ਉਨੇ ਦੀ ਪੈਣੀ ਹੈ ਜੇ ਤੁਸੀਂ ਥਾਈਲੈਂਡ ਵੀ ਟਰੈਵਲ ਕਰਕੇ ਵਾਪਸ ਆ ਗਏ। ਮੇਰੇ ਹਿਸਾਬ ਦੇ ਨਾਲ ਜੇ ਤੁਸੀਂ ਥਾਈਲੈਂਡ ਟਰੈਵਲ ਕਰਨ ਗਏ ਹੋ ਤਾਂ ਥਾਈਲੈਂਡ ਦੇ ਨਾਲ ਮਲੇਸ਼ੀਆ, ਇੰਡੋਨੇਸ਼ੀਆ, ਕੰਬੋਡੀਆ ਅਤੇ ਵੀਅਤਨਾਮ, 4-5 ਕੰਟਰੀਆਂ ਤੁਸੀਂ ਇਕੱਠੇ ਟਰੈਵਲ ਕਰ ਸਕਦੇ ਹੋ। ਉੱਥੋਂ ਇੱਕ ਕੰਟਰੀ ਤੋਂ ਦੂਸਰੀ ਕੰਟਰੀ ਦੀ ਟਿਕਟ ਸਿਰਫ 2000-2500 ਦੇ ਵਿੱਚ ਤੁਹਾਨੂੰ ਮਿਲ ਜੂਗੀ। ਕੰਬੋਡੀਆ ਤੋਂ ਥਾਈਲੈਂਡ ਤੁਸੀਂ ਬਾਏ ਬੱਸ ਵੀ ਜਾ ਸਕਦੇ ਹੋ, ਅਤੇ ਇਹਨਾਂ ਕੰਟਰੀਆਂ ਦੇ ਆਪਸ ਦੇ ਵਿੱਚ ਕਾਫੀ ਕੰਟਰੀਆਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਬਾਏ ਬੱਸ ਵੀ ਸਫ਼ਰ ਕਰ ਸਕਦੇ ਹੋ, ਅਤੇ ਵਧੀਆ ਕੰਟਰੀਆਂ ਨੇ। ਜਦੋਂ ਪਲੈਨ ਕਰਨਾ ਵਾ ਤਾਂ 3-4 ਕੰਟਰੀਆਂ ਇਕੱਠੀਆਂ ਪਲੈਨ ਕਰੋ, ਥਾਈਲੈਂਡ ਦੇ ਨਾਲ ਵੀਅਤਨਾਮ ਕਰ ਲਓ, ਕੰਬੋਡੀਆ ਕਰ ਲਓ, ਮਲੇਸ਼ੀਆ ਕਰ ਲਓ, ਜਾਂ ਸਿੰਗਾਪੁਰ ਵੀ ਨਾਲ ਕਰ ਲਓ, ਅਤੇ ਘੱਟੋ ਘੱਟ 4-5 ਕੰਟਰੀਆਂ ਤੁਸੀਂ ਕਰਕੇ ਚੱਲੋਗੇ, ਅਤੇ ਉਸ ਤੋਂ ਬਾਅਦ ਕਦੇ ਵੀ ਪੈਕੇਜ ਨਾ ਲਓ ਕਿਸੇ ਕੋਲੋਂ।
ਸਭ ਤੋਂ ਵੱਡੀ ਗਲਤੀ ਤੁਹਾਡੀ ਇਹ ਹੁੰਦੀ ਹੈ ਜਿਹੜਾ ਤੁਸੀਂ ਪੈਕੇਜ ਪਰਚੇਜ਼ ਕਰ ਲੈਂਦੇ ਹੋ। ਜੇ ਤੁਸੀਂ ਇਹ 4-5 ਕੰਟਰੀਆਂ ਦਾ ਪੈਕੇਜ ਬਣਾਓਗੇ ਤਾਂ ਤੁਹਾਡਾ 1 ਤੋਂ 1.5 ਲੱਖ ਦਾ ਉਹ ਪੈਕੇਜ ਹੀ ਬਣ ਜਾਣਾ। ਬਟ ਜੇ ਤੁਸੀਂ ਖੁਦ ਕਸਟਮਾਈਜ਼ ਕਰੋਗੇ, ਤੁਸੀਂ booking.com ਵੈਬਸਾਈਟ 'ਤੇ ਜਾਓ, ਉੱਥੋਂ ਹੋਸਟਲ ਬੁੱਕ ਕਰੋ ਚੀਪ, ਤੁਹਾਨੂੰ 300-400 ਪਰ ਨਾਈਟ ਸਟੇ ਦੇ ਵਿੱਚ ਤੁਹਾਨੂੰ ਉੱਥੋਂ ਹੋਸਟਲ ਮਿਲ ਜੂਗਾ, ਅਤੇ ਕਿਚਨ ਵੀ ਹੋਸਟਲ ਦੇ ਵਿੱਚ ਹੁੰਦੀ ਆ, ਤੁਸੀਂ ਖੁਦ ਦਾ ਆਪਣਾ ਫੂਡ ਕੁੱਕ ਕਰ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ, ਉਹ ਤੁਹਾਨੂੰ ਹੋਟਲ ਤੋਂ ਕਈ ਗੁਣਾ ਚੀਪ ਪਊਗਾ। ਤਾਂ ਤੁਸੀਂ ਗਏ ਤਾਂ ਉਹ ਕੰਟਰੀ ਨੂੰ ਐਕਸਪਲੋਰ ਕਰਨ ਲਈ ਹੈ, ਜੇ ਤੁਸੀਂ ਇਕੱਲੇ ਗਏ ਹੋ, ਸੋਲੋ ਗਏ ਹੋ, ਫੈਮਿਲੀ ਦੇ ਨਾਲ ਨਹੀਂ ਗਏ, ਤਾਂ ਮੇਰੀ ਸੁਜੈਸ਼ਨ ਹੈ ਕਿ ਹੋਸਟਲ ਦੇ ਵਿੱਚ ਰੁਕੋ, ਉਹ ਇੱਕ ਆਪਣੇ ਆਪ ਦੇ ਵਿੱਚ ਅਲੱਗ ਐਕਸਪੀਰੀਅੰਸ। ਇਹ ਕੰਟਰੀਆਂ ਏਸ਼ੀਅਨ ਕੰਟਰੀਆਂ ਕਰਨ ਤੋਂ ਬਾਅਦ ਤੁਸੀਂ ਇਸ ਤੋਂ ਬਾਅਦ ਰਸ਼ੀਆ ਟਰੈਵਲ ਕਰ ਸਕਦੇ ਹੋ। ਰਸ਼ੀਆ ਦਾ ਵੀਜ਼ਾ ਤੁਹਾਨੂੰ ਈਜ਼ੀਲੀ ਮਿਲ ਜੂਗਾ, ਉਹਦੇ ਵਾਸਤੇ ਤੁਹਾਨੂੰ ਬੈਂਕ ਸਟੇਟਮੈਂਟ ਜਾਂ ਕਿਸੇ ਵੀ ਹੋਰ ਡਾਕੂਮੈਂਟ ਦੀ ਲੋੜ ਨਹੀਂ ਪੈਂਦੀ, ਜਸਟ ਇਨਵੀਟੇਸ਼ਨ ਦੀ ਲੋੜ ਪੈਂਦੀ। ਮੈਂ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦੇ ਦੂੰਗਾ ਕਿ ਕਿਵੇਂ ਤੁਸੀਂ ਰਸ਼ੀਆ ਦਾ ਵੀਜ਼ਾ ਲੈ ਸਕਦੇ ਹੋ, ਅਤੇ ਉਹ ਰਸ਼ੀਆ ਤੁਸੀਂ ਟਰੈਵਲ ਕਰ ਸਕਦੇ ਹੋ। ਇੰਨੇ ਟਾਈਮ ਨੂੰ ਜਿਵੇਂ ਤੁਸੀਂ 7-8 ਮਹੀਨੇ ਦੇ ਵਿੱਚ, 7-8 ਮਹੀਨੇ, 2-3 ਮਹੀਨੇ, 4 ਮਹੀਨੇ ਦੇ ਗੈਪ ਦੇ ਨਾਲ ਇਹ ਆਪਣੀ ਟਰੈਵਲ ਹਿਸਟਰੀ ਬਣਾਈ, ਤਾਂ 7-8 ਮਹੀਨੇ ਜਾਂ 1 ਸਾਲ ਬਾਅਦ ਤੁਹਾਡੇ ਕੋਲ ਦੋ, ਜੇ ਤੁਹਾਡੇ ਕੋਲ ITR ਨਹੀਂ ਭਰੀਆਂ ਹੁੰਦੀਆਂ ਤਾਂ ਇਨ ਬਿਟਵੀਨ ਤੁਸੀਂ ITR ਵੀ ਆਪਣੀਆਂ ਫਿਲ ਕਰ ਲੈਣੀਆਂ ਨੇ। ਮਿਨੀਮਮ 2 ਸਾਲਾਂ ਦੀ ITR ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਅਤੇ ਉਹਦੇ ਵਾਸਤੇ ਵੀ ਤੁਹਾਨੂੰ ਘੱਟੋ ਘੱਟ 8-9 ਮਹੀਨੇ ਸਾਲ ਦਾ ਪੀਰੀਅਡ ਚਾਹੀਦਾ, ਅਤੇ ਇਨ ਬਿਟਵੀਨ ਤੁਹਾਡੀ ਟਰੈਵਲ ਹਿਸਟਰੀ ਵੀ ਬਣ ਜਾਂਦੀ ਹੈ, ਤੁਹਾਡੇ ਕੋਲ ITR ਵੀ ਤੁਹਾਡੇ ਹੱਥ ਦੇ ਵਿੱਚ ਆ ਜਾਂਦੀਆਂ ਨੇ, ਤਾਂ ਤੁਸੀਂ ਇਹਦੇ ਵਿੱਚ ਆਪਣਾ ਤੁਸੀਂ ਬੈਂਕ ਬੈਲੈਂਸ ਵੀ ਆਪਣਾ ਮੇਨਟੇਨ ਕਰ ਲਓ। ਜੇ ਤੁਹਾਡਾ ਬੈਂਕ ਬੈਲੈਂਸ ਮੇਨਟੇਨ ਆ, ਤੁਹਾਡੇ ਕੋਲ ਪ੍ਰੋਪਰ ITR ਆ, ਅਤੇ ਟਰੈਵਲ ਹਿਸਟਰੀ ਤੁਹਾਡੇ ਕੋਲ ਆ, ਅਤੇ ਉਸ ਤੋਂ ਬਾਅਦ ਇੱਕ ਵਧੀਆ ਜੀ ਕਵਰ ਲੈਟਰ ਬਣਾਓ ਆਪਣਾ, ਵਧੀਆ ਟਰੈਵਲ ਪਲੈਨ, ਉਸ ਤੋਂ ਬਾਅਦ ਜਦੋਂ ਤੁਸੀਂ ਯੂਰਪ ਦੇ ਲਈ ਵੀਜ਼ਾ ਅਪਲਾਈ ਕਰੋਗੇ ਤਾਂ ਤੁਹਾਨੂੰ ਵੀਜ਼ਾ ਮਿਲਣ ਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਣਗੇ। ਇਹ ਗਰੰਟੀ ਨਹੀਂ ਹੁੰਦੀ ਵੀ ਤੁਹਾਨੂੰ ਵੀਜ਼ਾ ਮਿਲਣਾ ਕਿ ਨਹੀਂ ਮਿਲਣਾ, ਚਾਂਸਿਸ 'ਤੇ ਡਿਪੈਂਡ ਕਰਦੀ ਹੈ ਗੱਲ ਕਿ ਕਿਹੜੀ ਫਾਈਲ ਦੇ, ਇੱਕ ਤਾਂ ਫਾਈਲ ਅੰਬੈਸੀ 'ਚ ਗਈ ਹੈ ਉਹਨਾਂ ਨੇ ਦੇਖਦੇ ਹੀ ਰਿਜੈਕਟ ਕਰਤਾ, ਇੱਕ ਫਾਈਲ ਦੇ 70-80% ਚਾਂਸ ਹੈ ਕਿ ਇਹਨੂੰ ਵੀਜ਼ਾ ਮਿਲ ਜਾਣਾ, ਅਤੇ ਬਹੁਤ ਜਣਿਆਂ ਨੂੰ ਇੱਦਾਂ ਮਿਲਿਆ ਵੀ ਹੈ। ਅਤੇ ਤੁਸੀਂ ਆਪਣੇ ਨਾਲ ਬਣੇ ਰਹੋ, ਕਾਲੇ ਨਾ ਪਿਆ ਕਰੋ, ਕਮੈਂਟ ਬਹੁਤ ਜ਼ਿਆਦਾ ਆਉਂਦੇ ਨੇ ਅਤੇ ਮੈਂ ਹੌਲੀ ਹੌਲੀ ਸਾਰਿਆਂ ਦਾ ਰਿਪਲਾਈ ਕਰ ਰਿਹਾ। ਤੁਸੀਂ ਇੰਨਾ ਜ਼ਿਆਦਾ ਪਿਆਰ ਕਰਦੇ ਹੋ, ਮੈਂ ਕਦੇ ਨਹੀਂ ਸੀ ਸੋਚਿਆ ਵੀ ਇੰਨਾ ਜ਼ਿਆਦਾ ਵੀ ਤੁਹਾਡੇ ਵੱਲੋਂ ਪਿਆਰ ਮਿਲੂਗਾ। ਜਿੰਨੇ ਵੀ ਜਾਣੇ ਥੱਲੇ ਕਮੈਂਟ ਕਰਦੇ, ਐਪਰੀਸ਼ੀਏਟ ਕਮੈਂਟ ਕਰਕੇ ਐਪਰੀਸ਼ੀਏਟ ਕਰਦੇ ਆ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦਿਲੋਂ। ਅਤੇ ਇਕੱਲੇ ਇਕੱਲੇ ਦਾ ਮੈਂ ਕਮੈਂਟ ਪੜ੍ਹਦਾ ਅਤੇ ਮੈਨੂੰ ਇਕੱਲੇ ਇਕੱਲੇ ਕਮੈਂਟ ਬਾਰੇ ਪਤਾ, ਅਤੇ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਗਈ ਹੈ, ਅਤੇ ਹੋਪ ਤੁਸੀਂ ਲਾਈਕ ਕੀਤਾ ਹੋਊਗਾ। ਜੇ ਥੋੜ੍ਹੀ ਜਿਹੀ ਵੀ ਵੈਲਿਊ ਤੁਹਾਡੇ ਲਈ ਇਹ ਵੀਡੀਓ ਰੱਖਦੀ ਹੈ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਇਸ ਵੀਡੀਓ ਨੂੰ ਲਾਈਕ ਕਰਿਓ ਅਤੇ ਸ਼ੇਅਰ ਕਰਿਓ, ਅਤੇ ਨੀਚੇ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਅਤੇ ਚਲੋ ਆਪਾਂ ਮਿਲਦੇ ਹਾਂ ਜੀ ਤੁਹਾਨੂੰ ਨੈਕਸਟ ਵੀਡੀਓ 'ਚ, ਤਦ ਤੱਕ ਲਈ ਰੱਬ ਰਾਖਾ।